ਹਾਂਜੀ ਪਿਆਜ ਹੋਗੀ 29 ਤਰੀਕ। ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਸਾਰਿਆਂ ਨੂੰ। ਅਤੇ 10:30 ਹੋ ਗਿਆ, ਮੈਂ ਹੁਣੇ ਆਈ ਹਾਂ ਅਤੇ ਮੈਂ ਅੱਜ ਫਿਰ ਘਰੋਂ ਸਟਾਰਟ ਕਰਨਾ ਭੁੱਲ ਗਈ ਵਲੋਗ। ਸੋ ਮੈਂ ਕਿਹਾ ਚਲੋ ਇੱਥੇ ਆ ਕੇ ਕਰਦੇ ਹਾਂ ਮੈਮ ਜੀ ਕੋਲੇ। ਮੈਮ ਜੀ ਹੋਰ ਕਿੱਦਾਂ ਕੀਤਾ? ਮੈਮ ਜੀ ਆ ਕੀ ਨਵੀਂ ਲੈ ਕੇ ਆਉਂਦੇ ਆ? ਓ ਅੱਛਾ, ਇਹ ਮੇਰੀ ਸਕੀਮ ਚੁਰਾ ਲਈ ਇਹਨਾਂ ਨੇ। ਮੈਂ ਸੋਚਿਆ ਸੀ ਮੈਂ ਆਪਣੇ ਬੁਟੀਕ ਲਈ ਰੱਖੂ, ਮੈਂ ਦੇ ਦਿਓ, ਮੈਂ ਕੱਢਦੀ ਮੇਰੇ ਸੂਟ ਜ਼ਿਆਦਾ ਸੋਹਣੇ ਦਿਖਣੇ ਆ। ਤੁਸੀਂ ਲੈ ਲਓ, ਠੀਕ ਹੈ। ਅੱਜ ਜਿਹੜਾ ਆਪਾਂ ਵਲੌਗ ਪਾਇਆ ਆ ਉਹ ਪਾਇਆ ਆਪਾਂ ਮਿਕਸ ਕਰਕੇ, ਅਤੇ ਉਹ ਤੁਸੀਂ ਚੱਲ ਦੇਖ ਹੀ ਲਿਆ ਹੋਣਾ, ਮੈਨੂੰ 1-2 ਦਿਨ ਪਹਿਲਾਂ ਇਸ ਤੋਂ ਤੁਹਾਨੂੰ ਲੇਟ ਮਿਲਣਾ ਚੱਲਦਾ ਤੁਹਾਨੂੰ ਚੱਲਦਾ ਹੈ ਮੈਮ ਉੱਪਰ। ਅਤੇ ਬਾਕੀ ਅਤੇ ਅੱਜ ਹੈਗੀ ਆਪਣੀ ਕੈਰਟਿਨ ਦੀ ਕਲੋਸ, ਅਤੇ ਉਹ ਆਪਾਂ ਡੈਮੋ ਆਪਣੇ ਉੱਤੇ ਹੀ ਲੈਣਾ ਹੈ, ਕਿਉਂਕਿ ਮਤਲਬ ਮੇਨਲੀ ਜਿਹੜੇ ਸੈਕਸ਼ਨਿੰਗ ਆ ਉਹ ਤਾਂ ਮੈਨੂੰ ਪਤਾ ਲੱਗ ਗਈ ਆ, ਐਪਲੀਕੇਸ਼ਨ ਵੀ ਮੈਨੂੰ ਪਤਾ ਲੱਗ ਗਈ ਆ। ਬਾਕੀ ਕਿਸੇ ਦਿਨ ਕੋਈ ਹੋਰ ਆਊਗਾ ਕਸਟਮਰ, ਹੈ ਨਾ, ਕਸਟਮਰ ਹੀ ਹੋਊਗਾ ਤੁਹਾਡਾ, ਤੁਹਾਡਾ ਮਾਡਲ ਮਾਡਲ ਨਹੀਂ ਨਹੀਂ ਜਿਹੜਾ ਤੁਹਾਡੇ ਉੱਦਾਂ ਆਊਗਾ ਉਹ ਤਾਂ ਕਸਟਮਰ, ਅਤੇ ਉਹ ਫਿਰ ਆਪਾਂ ਉਦੋਂ ਟਰਾਈ ਕਰਾਂਗੇ ਕਸਟਮਰ ਤੇ ਕਰਾਂਗੇ ਕਿ ਮਾਡਲ ਤੇ ਕਰਾਂਗੇ, ਪਹਿਲਾਂ ਮਾਡਲ ਤੇ ਡਾਇਰੈਕਟ ਕਸਟਮਰ ਤੇ, ਅਤੇ ਉਹ ਆਪਾਂ ਫਿਰ ਕਰਾਂਗੇ ਟਰਾਈ ਕਿਸ ਦਿਨ। ਸੋ ਫਿਲਹਾਲ ਆਪਾਂ ਦੇਖਦੇ ਹਾਂ ਆਪਣੇ ਤੇ ਐਕਸਪੈਰੀਮੈਂਟ ਆ। ਸਕੂਟੀ 'ਚ ਡੀਜ਼ਲ ਪੈਣਾ ਸੀ ਪੈਟਰੋਲ ਯਾਰ, ਮੈਂ ਕਲਿੱਪ ਨਹੀਂ ਸੀ ਉੱਤੇ ਸੀਗੀ, ਮੈਂ ਪਬ ਨੇ ਵੀ ਦੱਸਿਆ, ਮੈਂ ਕਿਹਾ ਲਾਸਟ ਟਾਈਮ ਜਦੋਂ ਆਪਾਂ ਪਾਇਆ ਸੀ ਉਦੋਂ ਮੇਰੇ ਨਾਲ ਵਰਿੰਦਰ ਦੀ ਸੀ, ਮੇਰੇ ਦਿਮਾਗ 'ਚ ਨਹੀਂ ਸੀਗਾ ਲਾਸਟ ਟਾਈਮ, ਮੈਂ ਕਿਹਾ ਕਿੱਦਾਂ ਪਾਇਆ ਸੀ, ਫਿਰ ਮੈਨੂੰ ਯਾਦ ਆਇਆ, ਅਤੇ ਮੈਂ ਕਿਹਾ ਮੈਂ ਉੱਥੇ ਪਹਿਲਾਂ ਰੋਕ ਕੇ ਪਹਿਲਾਂ ਮੈਂ ਫੋਨ ਕੀਤਾ, ਪਹਿਲਾਂ ਮੈਂ ਕਲਿੱਪ ਲਈ ਫਿਰ ਮੈਂ ਦੀਨ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਪਹਿਲਾਂ ਮੈਨੂੰ ਇਹ ਦੱਸਿਓ ਵੀ ਇਹਦੀ ਡਿੱਗੀ ਕਿੱਦਾਂ ਖੁੱਲਦੀ ਆ, ਵੀ ਲੋੜ ਤਾਂ ਨਹੀਂ ਮੁੜ ਕੇ ਆਪ ਢੱਕਣ ਲਾਉਂਦੀ ਉੱਤਰ ਕੇ ਆ ਕਿੱਦਾਂ, ਲਾਤੀ ਹੋਣੀ ਆ, ਮੈਂ ਦੇਖਿਆ ਲਾਤੀ ਹੋਣੀ ਆ, ਆਵਾਜ਼ ਆਈ ਸੀ ਲਾਤੀ ਹੋਣੀ, ਮਤਲਬ ਵੀ ਨਹੀਂ ਤਾਂ ਦੱਸ ਹੀ ਦਿੰਦੇ ਆ। ਅਤੇ ਉਹਦੇ ਬਾਅਦ 'ਚੋਂ ਫਿਰ ਮੈਂ ਦੀਨ ਫੋਨ ਕੀਤਾ, ਮੈਂ ਕਿਹਾ ਯਾਰ ਇਹ 'ਚ ਪੈਂਦਾ ਕੀ ਆ ਪੈਟਰੋਲ ਕਿ ਡੀਜ਼ਲ, ਗੱਡੀਆਂ ਵੀ ਹਾਂ ਡੀਜ਼ਲ ਵੀ ਪੈਂਦਾ ਪੈਟਰੋਲ ਵੀ ਪੈਂਦਾ, ਹਾਂ ਸਾਡੇ ਵਾਲੀ 'ਚ ਡੀਜ਼ਲ ਹੀ ਪੈਂਦਾ ਸੀਗਾ, ਅਤੇ ਤਾਂ ਕਰਕੇ ਫਿਰ ਮੈਂ ਉਹ ਕਨਫਿਊਜ਼ ਸੀਗੀ ਉਸ ਚੀਜ਼ ਦੇ ਵਿੱਚ। ਅਤੇ ਚਲੋ ਆਪਾਂ ਅੱਜ ਕਰਦੇ ਹਾਂ ਕੈਰਾਟਿਨ, ਅਤੇ ਦੇਖਦੇ ਹਾਂ ਫਿਰ ਕੀ ਰਿਜ਼ਲਟਸ ਆਉਂਦੇ ਐਂਡ ਕਿੰਨਾ ਕੁ ਮੇਰੇ ਖਾਨੇ 'ਚ ਪੈਂਦੀ। ਵੈਸੇ ਮੇਰੇ ਖਾਨੇ 'ਚ ਪੈ ਜਾਣੀ ਚਾਹੀਦੀ ਹੈ ਕਿਉਂਕਿ ਨੇਲਸ ਵੀ ਮੈਂ ਕੀਤੇ ਹੋ ਕੈਚ ਕਰ ਰਿਹਾ ਹਾਂ, ਤੁਹਾਨੂੰ ਪਤਾ ਇਹਨਾਂ ਤੋਂ ਬੈਟਰ ਮੈਨੂੰ ਕੁਛ ਸਿਖਾ ਨਹੀਂ ਸਕਦਾ, ਕਿਸੇ ਨੂੰ ਵੀ ਨਹੀਂ ਸਿਖਾ ਸਕਦਾ। ਤੇ ਬਾਕੀ ਮੇਰੇ ਇੱਥੇ ਹੋਰ ਵੀ ਕਾਫੀ ਫਰੈਂਡਸ ਬਣ ਗਈਆਂ, ਤੇ ਆਪਾਂ ਫਿਰ ਰਲ ਕੇ ਹੱਸ ਖੇਡ ਕੇ ਚੱਲ ਜਾਈਦਾ ਕੰਮ ਸਾਰਾ, ਤੇ ਦਿਨ ਦੂਨ ਜਿਹਾ ਤਾਂ ਨਿਕਲ ਜਾਂਦਾ ਆ, ਬਾਕੀ ਜਦੋਂ ਸ਼ਾਮਾਂ ਨੂੰ ਘਰ ਨੂੰ ਚਾਹੀਦਾ ਆ ਫਿਰ ਤੁਹਾਨੂੰ ਪਤਾ ਹੀ ਆ ਫਿਰ ਥੋੜ੍ਹਾ ਜਿਹਾ ਔਖਾ ਹੁੰਦਾ ਆ, ਦਿਨੇ ਮੈਨੂੰ ਇੱਦਾਂ ਵੀ ਤਸੱਲੀ ਜਿਹੀ ਰਹਿੰਦੀ ਗੱਲ ਜਿਹੀ ਕਰਕੇ, ਉਸ ਤੋਂ ਬਾਅਦ ਪਵਨੇ ਨੇ ਸੌ ਜਾਣਾ ਹੁੰਦਾ ਆ, ਫਿਰ ਮੈਨੂੰ ਇੱਦਾਂ ਹੁੰਦਾ ਚੱਲ ਹੁਣ ਤਾਂ ਸੌ ਗਿਆ ਵਿਚਾਰਾ, ਅਤੇ ਹੁਣ ਤਾਂ ਪਵਨੇ ਦਾ ਸੁੱਖ ਨਾਲ ਕੰਮ ਵੀ ਸਟਾਰਟ ਹੋਣੇ ਵਾਲਾ ਹੀ ਆ, ਫਿਰ ਦੇਖੋ ਕੀ ਹਾਲਾਤ ਬਣਦੇ ਆ ਆਪਣੇ, ਹੈ ਨਾ। ਅਤੇ ਇੱਕ ਮੈਨੂੰ ਫੋਨ ਬਹੁਤ ਆਉਂਦੇ, ਹੁਣ ਇੰਨੇ ਮੈਨੂੰ ਫੋਨ ਆਉਂਦੇ ਆ, ਦੀਦੀ ਤੁਹਾਡਾ ਦਿਲ ਲੱਗ ਗਿਆ, ਮੈਸੇਜ ਬੋਲ ਕੇ, ਵੋਇਸ ਮੈਸੇਜ, ਉੱਦਾਂ ਮੈਸੇਜ, ਅਤੇ ਮਤਲਬ ਫਿਰ ਜਦੋਂ ਮੈਨੂੰ ਕੋਈ ਕਹਿੰਦਾ ਨਾ ਫਿਰ ਮੈਨੂੰ ਜ਼ਿਆਦਾ ਇੱਦਾਂ ਫੀਲ ਹੁੰਦਾ, ਉੱਦਾਂ ਹਾਲੇ ਮੈਂ ਮਾੜਾ ਮਾੜਾ ਆਪਣੇ ਆਪ ਨੂੰ ਸੰਭਾਲ ਲੈਂਦੀ ਹਾਂ, ਕਿਉਂਕਿ ਮੈਨੂੰ ਇੱਦਾਂ ਹੁੰਦਾ ਜੇ ਮੈਂ ਇੱਦਾਂ ਕਰੂੰਗੀ ਨਾ ਫਿਰ ਪਵਨੇ ਦਾ ਚੀਜ਼ ਜਿਹਾ ਨਹੀਂ ਖੜ੍ਹਦਾ ਹੈਗਾ, ਹੈ ਨਾ। ਸੋ ਤਾਂ ਕਰਕੇ ਬਾਕੀ ਸਹੀ ਆ, ਚੱਲੀ ਜਾਂਦਾ ਆ, ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ, ਫਿਰ ਅਸੀਂ ਇਕੱਠੇ ਦੁਬਾਰਾ ਖਾ ਪੋ ਪਵਾਂਗੇ ਵਲੌਗਸ ਦੇ ਵਿੱਚ, ਫਿਰ ਆਪਾਂ ਗਲੈਮ ਬਾਏ ਗੁਰੀ ਨੂੰ ਵੀ ਲੈ ਜਾਣਾ ਨਾਲ, ਠੀਕ ਆ, ਬੈਗ 'ਚ ਪਾ ਦੇ, ਹਾਂ ਪਹਿਲਾਂ ਮੈਂ ਜਾਊਂਗੀ ਫਿਰ ਗਲੈਮ ਬਾਏ ਗੁਰੀ ਨੂੰ ਵੀ ਬੁਲਾ ਲੈਣਾ, ਪ੍ਰਭ ਨੂੰ ਨਹੀਂ ਲੈ ਕੇ ਜਾਣਾ, ਉਹਨੂੰ ਮੈਂ ਕਲਿੱਪ ਦਿਖਾਊਂਗੀ, ਤਾਂ ਮੈਂ ਬੋਲੀ ਆ। ਅਤੇ ਹੁਣ ਬਾਕੀ ਚਲੋ ਠੀਕ ਆ, ਹੁਣ ਆਪਾਂ ਸਟਾਰਟ ਕਰਦੇ ਹਾਂ ਅਤੇ ਫਿਰ ਦੱਸਦੇ ਹਾਂ ਕੀ ਪ੍ਰੋਸੀਜਰ ਹੈ। ਤੁਸੀਂ ਸ਼ੂਟ ਕਰਨਾ ਨਾਲ ਨਾਲ ਅੱਜ, ਠੀਕ ਆ, ਜਿੰਨਾ ਵੀ ਹੋਇਆ, ਠੀਕ ਆ, ਅਤੇ ਚਲੋ ਫਿਰ ਬਾਕੀ ਦੇਖਾਂਗੇ ਰਿਜ਼ਲਟਸ ਕੀ ਆਉਂਦੇ ਆ,
ਤੇ ਬਾਕੀ ਮੇਰੀ ਕੀ ਪ੍ਰੋਗਰੈਸ ਰਹਿੰਦੀ ਅੱਜ? ਠੀਕ ਜੀ, ਹੁਣ ਬਾਬੇ ਆ ਗਏ ਹੋਸਪਿਟਲ, ਇਹ ਮੈਨੂੰ ਦਵਾਈ ਦਵਾਉਣ ਆਏ ਆ। ਬਾਬੇ ਨੂੰ ਲੱਡੂ ਫੜਾਇਆ ਬੀਬੀ ਨੇ, ਇੱਥੇ ਬਾਬੇ ਨੇ ਲੱਡੂ ਚੜ ਦਿੱਤਾ। ਸਾਡਾ ਸਾਰਾ ਧਿਆਨ ਲੱਡੂ ਸੀਗਾ, ਮੈਂ ਹੋਸਪਿਟਲ ਤੋਂ ਨਿਕਲ ਕੇ ਪਹਿਲਾਂ ਅੱਧਾ ਕਿਲੋ ਲੱਡੂ ਡੇ ਗਿਆ, ਹਲੇ ਜਿੱਦੇ ਡਿੱਗਿਆ ਉਦੇ ਦੇ ਦਿੱਤਾ, ਮੇਰੇ ਬਾਬਾ ਲੱਡੂ ਡੇ ਗਿਆ ਯਾਰ। ਮੈਂ ਸੱਚੀ ਕਹਿੰਦੀ, ਮੇਰਾ ਧਿਆਨ ਲਫਾਫੇ ਵਾਲੇ ਸੀਗਾ, ਤਬ ਨਹੀਂ ਦੇਖ ਲਾ, ਤੇਰੇ ਮਗਰੋਂ ਵੀ ਆਹੀ ਹਾਲ ਆ ਮੇਰਾ, ਔਖਾ ਹੀ ਆ। ਅੱਜ ਹੈਗਾ ਬੁੱਧਵਾਰ, ਅਤੇ ਜਿਹੜੇ ਮੈਡਮ ਹੈਗੇ ਉਹਨਾਂ ਦੇ ਮੰਮਾ ਆ ਇੱਥੇ, ਉਹ ਆਫਿਸ ਦੇ ਵਿੱਚ ਬਹਿੰਦੇ ਆ, ਉਹ ਕਹਿੰਦੇ ਅੱਜ ਬੁੱਧਵਾਰ ਆ, ਲੱਡੂ ਲੈ ਕੇ ਆਓ। ਲੱਡੂ ਬਾਬਾ ਜੀ ਨੂੰ ਫੜਾਇਆ, ਬਾਬਾ ਜੀ ਨੂੰ ਥੱਲੇ ਚੜਤਾ, ਬਾਬਾ ਜੀ ਨੇ ਇੰਨਾ ਕੀ ਖਾਣਾ ਜਿੰਨਾ ਕੁ ਫੜਿਆ ਹੱਥ 'ਚ, ਸਾਰਾ ਨਹੀਂ ਖਾਣਾ, ਥੋੜ੍ਹਾ ਖਾਣਾ ਆ। ਓਹ ਚਲੋ, ਬਾਕੀ ਹੁਣ ਵੇਟ ਕਰੀ ਜਾਂਦੇ ਹਾਂ ਆਪਾਂ। ਕੁੜੀਆਂ ਮੈਨੂੰ ਮਿਲੀਆਂ ਇੱਥੇ ਤਿੰਨ ਚਾਰ, ਦਵਾਈ ਲੈਣ ਆਈਆਂ ਮੇਰੇ ਵਾਂਗੂ। ਆਪਾਂ ਮੈਡੀਸਨ ਲੈ ਕੇ ਆ ਗਏ, ਆਪਾਂ ਸਾਨੂੰ ਘੰਟਾ ਹੀ ਲੱਗਦਾ ਦਵਾਈ ਲੈਣ। ਹੁਣ ਆਪਾਂ ਸਟਾਰਟ ਕਰੀਏ। ਕੋਸ਼ੀਅਸ ਹੋ ਗਏ ਅੱਜ ਕੱਲ੍ਹ, ਸੀਰੀਅਸ ਹੀ ਲੈ ਲਿਆ ਕਹਿੰਦੇ। ਲਓ ਜੀ, ਆਪਣੇ ਆ ਡਨ ਹੋ ਗਿਆ, ਅਤੇ ਹੁਣ ਇਸ ਤੋਂ ਬਾਅਦ 'ਚ ਪ੍ਰੈਸਿੰਗ ਰਹਿੰਦੀ ਆ, ਪ੍ਰੈਸਿੰਗ ਤੋਂ ਬਾਅਦ 'ਚ ਡਨ ਬਿਲਕੁਲ ਹੀ। ਮੇਰੇ ਡਾਰਕ ਸਰਕਲਸ ਬਹੁਤ ਪੈ ਗਏ ਆ, ਲੈ ਤਾਂ ਪਵਨ ਹੈਗੇ ਆ। ਹੁਣ ਅਸੀਂ ਕਰੀਏ ਲੰਚ। ਓਹ ਮਾਈ ਗੋਡ, ਮੈਂ ਕਿਤੇ ਸੁਪਨਾ ਤਾਂ ਨਹੀਂ ਦੇਦੀ ਬਈ, ਹੁਣ ਆਪਾਂ ਲੰਚ ਕਰਕੇ ਬਾਕੀ ਕਲਾਸ ਅੱਗੇ ਸਟਾਰਟ ਕਰਦੇ। ਇੱਕ ਮਿੰਟ ਮੈਂ ਆਪਣਾ ਹੱਥ ਦਿਖਾ ਦੇਵਾਂ, ਅਤੇ ਆ ਵਾਲਾ ਮੈਂ ਕੀਤਾ, ਸੋਹਣਾ ਸੀ, ਸਿੱਧੂ ਸੁਣਦੇ ਆਪਾਂ ਸਿੱਧੂ। ਮੈਂ ਦੋ ਨੇਲਸ ਕਰਕੇ ਆਈ ਗਿੰਦੇ ਦੀ, ਥੈਂਕਸ ਨਾ, ਨਹੀਂ ਸੋਰੀ, ਵੈਲ ਡਨ ਕਹੋ ਮੈਨੂੰ, ਵੈਲ ਡਨ, ਬ੍ਰਿਲੀਅੰਟ ਸਟੂਡੈਂਟ ਵੀ ਕਹੋ ਮੈਨੂੰ, ਸਟੂਡੈਂਟ ਆਫ ਦਾ ਈਅਰ ਆਫ ਦਾ ਮੰਥ ਕਹੋ, ਈਅਰ ਕਿੱਦਾਂ ਹੋ। ਅੱਛਾ, ਤੁਸੀਂ ਮੈਨੂੰ ਆਹ ਸਾਲ ਦੇ ਐਂਡ 'ਚ ਸਨਮਾਨਿਤ ਕਰੋਗੇ? ਨਹੀਂ, ਸਨਮਾਨਿਤ ਪਹਿਲੀ ਕਰ ਦੇਣਾ। ਠੀਕ ਆ, ਮੈਂ ਦੋ ਨੇਲਸ ਕਰ ਲਿਆ ਜਦੋਂ ਬਿਨਾਂ ਪ੍ਰੈਕਟਿਸ ਤੋਂ, ਤੁਸੀਂ ਮੇਰੇ ਹੀ ਕੀਤੇ ਸੀ, ਜਦੋਂ ਕੀਤੇ ਹੋਊਗੇ ਪਤਾ ਨਹੀਂ ਕਦੋਂ ਕੀਤੇ ਸੀ। ਤੁਸੀਂ ਦੇਖ ਦੇਖ ਕੇ ਸਿੱਖਦੇ ਜ਼ਿਆਦਾ, ਦੇਖਿਆ ਇੱਦਾਂ ਆ, ਮੈਂ ਸਾਰਾ ਕੁਛ ਸਿੱਖ ਲੈਣਾ ਮੈਂ, ਅਤੇ ਬਾਕੀ ਕਰੂੰਗੀ ਤੁਹਾਡੇ, ਮੈਂ ਇਹੀ ਐਕਰੈਲਿਕ ਕਰੂੰਗੀ। ਠੀਕ ਆ, ਹੁਣ ਮੈਨੂੰ ਇੱਦਾਂ ਹੀ ਪਤਾ ਲੱਗ ਗਿਆ, ਦੇਖਾਂਗੇ ਬਿਨਾਂ ਪ੍ਰੈਕਟਿਸ ਤੋਂ ਸਹੀ ਹੁੰਦੇ ਆ। ਠੀਕ ਆ, ਕੱਲੂ ਕਰੀਏ, ਠੀਕ ਆ। ਨੇਲ 'ਚ ਲੱਗੇ ਸੀਗੇ ਪਰ ਹੁਣ ਇਹਨੇ ਰਿਮੂਵ ਕਰਦੇ, ਕਿਉਂਕਿ ਇਹਨਾਂ 'ਤੇ ਮੈਂ ਆਪਣਾ ਜਲਵਾ ਦਿਖਾਉਣਾ ਆ। ਹਾਂ, ਆਪਾਂ ਨਾ ਜੀ ਡਾਕਟਰ ਕੋਲ ਗਏ, ਡਾਕਟਰ ਕੀ ਕਹਿੰਦੇ ਸੀ? ਹਾਂ, ਕਹਿੰਦੇ ਸੀ ਨੇਲਸ ਬਹੁਤ ਸੋਹਣੇ ਆ, ਮੈਂ ਕਿਹਾ ਮੈਂ ਆਪ ਕੀਤੇ ਆ, ਉਹ ਆਪ ਕਹਿੰਦੇ ਵਾਓ ਵਾਓ। ਚਲੋ ਹੁਣ ਮੈਂ ਉਹਨਾਂ ਦੀ ਫਿਰ ਬਫਿੰਗ ਵੀ ਕਰਨੀ ਆ, ਫਿਰ ਦੇਖਦੇ ਆ ਬਾਕੀ, ਫਿਰ ਮੈਂ ਛੇਤੀ ਚੱਲ ਜਾਣਾ ਅੱਜ, ਕਿਉਂਕਿ ਅੱਜ ਮੈਂ ਆਪਣੇ ਘਰ ਨੂੰ ਜਾਣਾ ਆ। ਹੁਣ ਮੈਂ ਕੰਮ ਨਿਬੇੜ ਲਿਆ ਆਪਣਾ ਸਾਰਾ, 3:30 ਹੋ ਗਏ, ਮੈਂ ਕਹਿੰਦੀ ਸੀ ਚੱਲ ਛੇਤੀ ਨਿਕਲ ਜਾਂਦੀ ਅੱਜ, ਕਿਉਂਕਿ ਮੈਂ ਫਿਰ ਘਰ ਕੱਪੜੇ ਚੱਕਣੇ ਆ, ਫਿਰ ਜਾਣਾ ਉੱਧਰ ਨੂੰ, ਪਰ ਹੁੰਦੀ ਕਹਿੰਦੇ ਹਲੇ ਧੁੱਪ ਆ, ਅੱਧਾ ਕੁ ਘੰਟਾ ਹੋਰ ਰੋਕ ਲਾ, 4 ਵਜੇ ਨਿਕਲਦੀ ਹਾਂ। ਹੈ ਨਾ, ਅੱਜ ਆਪਾਂ ਨੇਲਸ ਕੀਤੇ ਆ, ਕਰੈਲਿਕ ਐਂਡ ਕੀ ਸੀਗਾ, ਕੈਰਾਟਿਨ, ਅਤੇ ਬਾਕੀ ਸਹੀ ਆ। ਚੱਲਦੇ ਹਾਂ 4 ਵਜੇ ਫਿਰ ਬੁਟੀਕ 'ਤੇ, ਬੁਟੀਕ ਤੋਂ ਹੋ ਕੇ ਫਿਰ ਜਾਣਾ ਆ ਉੱਧਰ ਨੂੰ ਪਿੰਡ ਨੂੰ, ਫਿਰ ਪਿੰਡ ਤੋਂ ਫਿਰ ਦੂਜੇ ਪਿੰਡ ਨੂੰ।
ਉਹਦਾ ਬਲੌਗ ਬਣਾਉਣਾ। ਗਰਮੀ ਬਹੁਤ ਜ਼ਿਆਦਾ ਆ ਗਾਈਸ ਵੀਰੇ, ਗਾਈਸ ਵੀਰੇ ਹਾਲਤ ਹੈ ਗਾਈਸ ਭੈਣੇ। ਉਹਦੇ ਮੈਂ ਚੱਲੀ ਹਾਂ, ਪਹਿਲਾਂ ਜਾਣਾ ਆ ਬੁਟੀਕ 'ਤੇ, ਫਿਰ ਜਾਣਾ ਆ ਚਲੋ ਕੱਢੋ ਪਿੰਡ ਨੂੰ, ਫਿਰ ਜਾਣਾ ਆ ਲੱਭੋ ਕਿੱਥੇ ਆ ਕਿਹੜੀ ਆ। ਕਸਟਮਰ ਆਇਆ ਸੀ ਆ ਦੇ ਲੋ ਪਾਗਲ ਚੱਲ ਪਰ ਕੱਪੜੇ ਕੁਪੜੇ ਚੱਕ ਕੇ ਜਾਂਦੇ ਆ ਦੇ ਦੇ ਕੀ ਕਰਦਾ ਅੱਜ ਨੀ ਪਾੜਿਆ ਆ ਦੇ ਪਹਿਲਾਂ ਅੰਦਰ ਨੂੰ ਜੇ ਕੁਛ ਖਾਂਦਾ ਦੇਖ ਜਾਵੇ ਫਿਰ ਬਾਹਰ ਨੂੰ ਇੱਦਾਂ ਦੀ ਬੋਤਲ ਇਹ ਲਿਆ ਵਾਲੇ ਫਰੂਟ ਵਾਲਾ ਸਵਾਦ ਸੀ ਹੈ ਨਾ ਡੈਡੀ ਨੂੰ ਵੀ ਦੇ ਹੀ ਦਿੱਤਾ ਘੋਟਕ ਗਰਮੀ ਬਹੁਤ ਸੀ ਪੀ ਕੇ ਚੱਲਦੀ ਸਮਾਰਟ ਹੋ ਗਿਆ ਇਹ ਪਵਨੇ ਮਗਰੋਂ ਕਹਿੰਦਾ ਉਹ ਹਿੱਸਾ ਮੈਨੂੰ ਦੋ ਹੁਣ ਬਾਹਰ ਜੀਵ ਨਿਕਲੀ ਆ ਅੰਦਰ ਤਾਂ ਆਹੀ ਚੱਲੀ ਜਾਂਦਾ ਆ। ਲੜਾਈਆਂ ਹੀ ਹੋਈ ਜਾਂਦੀਆਂ ਲੜੀਆਂ ਨਾ ਲੜੀ ਜਾਂਦੇ ਆ ਬਸ ਮੈਸੇਜ ਕਰਨ ਨਾ ਤੁਰਨ ਲੱਗੀ ਨੇ ਕਿਉਂਕਿ ਡਰਦੇ ਬਹੁਤ ਵਿਚਾਰੇ ਕਹਿੰਦੇ ਲੋਕੀ ਖੜਦੇ ਨੀ ਬਿਲਕੁਲ ਵੀ ਲੋਕੀ ਹਨੇਰੀ ਆਈ ਹੋਈ ਆ ਬਹੁਤ ਤੇਜ਼ ਚਲਾਉਂਦੇ ਆ ਕਿਉਂਕਿ ਮੈਂ ਤਾਂ ਬਹੁਤ ਹਿਸਾਬ ਨਾਲ ਚਲਾਉਂਦੀ ਹਾਂ ਮੈਨੂੰ ਤਾਂ ਹੈ ਨਹੀਂ ਇੰਨੀ ਸਾਰੀ ਹੁਣ ਇੱਕ ਬੈਗ ਵੀ ਹੈਗੇ ਸੀ ਪਰ ਬੈਗ ਇੱਥੇ ਟੰਗਣੇ ਔਖੇ ਹੋ ਜਾਣੇ ਸੀਗੇ ਮੈਨੂੰ ਈਜ਼ੀ ਲੱਗਿਆ ਮੈਂ ਇਹ 'ਚ ਪਾ ਲਏ ਕੱਪੜੇ ਆਪਣੇ ਚਲੋ ਜੀ ਲੈ ਜੀ ਪਹੁੰਚ ਕੇ ਕਹਿੰਦੇ ਆਉਂਦਿਆਂ ਨੂੰ ਮਟਰ ਪਨੀਰ ਬਣ ਲੱਗਾ ਭਾਗ ਬਹੁਤ ਹੈ ਮੇਰੇ ਘਰਦਿਆਂ ਦਾ ਕਹਿੰਦੇ ਮਿਰਚਾਂ ਨੂੰ ਇੱਦਾਂ ਸਟੋਰ ਕਰੋ ਕੀ ਹੁੰਦਾ ਭਾਅ ਜੀ ਕੀ ਹੁੰਦਾ ਮੂੰਹ ਕਿੱਦਾਂ ਦਾ ਇਹਦਾ ਅਤੇ ਕਹਿੰਦੇ ਇਹ 'ਚ ਮਿਰਚਾਂ ਇੱਦੀ ਫਰੈਸ਼ ਰਹਿੰਦੀ ਆ ਪਤਾ ਨਹੀਂ ਕਿੰਨਾ ਟਾਈਮ ਕਿੰਨਾ ਟਾਈਮ ਬਈ ਤੂੰ ਕੱਲ ਪਿੱਠ ਜੋੜੀ ਆ ਮੈਨੂੰ ਨਵਾਂ ਮੋਟਰਸਾਈਕਲ ਲੈ ਲਿਆ ਪਲਟੀਨਾ ਪਲਟੀਨਾ ਯਾਰ ਮੈਂ ਹੈਗਾ ਇਲੈਕਟ੍ਰੀਸ਼ਨ ਟੰਗ ਦੋ ਇੱਥੇ ਉੱਪਰ ਇਹਨੂੰ ਬੱਬੂ ਕਿਸੇ ਨੇ ਗਾਲ ਚ ਪੈ ਜਾਣੀ ਤਾਰ ਤੇਰੇ ਨਹੀਂ ਪੈਂਦੀ ਤੂੰ ਮੇਰੇ ਪੈਣੇ ਲੱਗੀ ਸੀਗੀ
ਬਚਾ ਹੋ ਗਿਆ ਦਿਨਾਂ ਦੀ ਵੀ ਫਾਂਸੀ ਚੜ੍ਹ ਜਾਣਾ ਇੱਥੇ ਮੈਂ ਅੱਧੇ ਘੰਟੇ 'ਚ ਪਹੁੰਚ ਗਈ ਮੈਂ 6:30 ਵਜੇ ਪਹੁੰਚ ਗਈ ਸੀਗੀ 6 ਵਜੇ ਤੁਰ ਕੇ 6:30 ਵਜੇ ਮੈਂ ਪਹੁੰਚ ਗਈ ਸੀ ਤੂੰ ਕਿੱਦਾਂ ਦਾ ਲੱਗਦਾ ਜਾ ਤੁਰ ਜਾ ਤੁਰ ਜਾ ਕਾਲਾ ਕਿੰਨਾ ਹੋ ਗਿਆ ਤੂੰ ਕਾਲਾ ਰਹਿਣ ਜਾਂ ਘੁੰਮੀ ਜਾਣਾ ਬਾਹਰ ਇਹਨੇ ਕੁਆਰੇ ਫਿਰੀ ਜਾਂਦਾ ਸਾਰੀ ਦਿਨ ਖੇਤ ਬਾਹਰ ਨਹੀਂ ਹੈਗਾ ਉਹ ਧੁੱਪ 'ਚ ਤੂੰ ਜਿਮ ਜਾਂਦਾ ਨਹੀਂ ਢਿੱਡੇ ਦਾ ਸਿਹਤ ਲੱਗੀ ਜਾਂਦੀ ਮੇਰੀ ਹੁਣ ਅੱਛਾ ਹਾਂ ਤੇ ਤੋਂ ਢੇਰ ਵਿੱਚ ਪਾਉਣਾ ਖਰਾਬ ਹੈ ਇੱਕ ਸਹੀ ਆ ਕੁੱਤੇ ਰੋਟੀਆਂ ਨਾਲ ਦੋ ਵਜਣੀ ਇੱਥੇ ਜਾਣਾ ਲੈ ਦੇ ਰੈਂਪੀ ਦੇਈ ਪੁੱਤ ਰੋਟੀਆਂ ਪਈਆਂ ਹੋਣੀਆਂ ਰੋਟੀਆਂ ਦੇ ਕੁੱਤੇ ਨੂੰ ਪਾ ਦਿਆ ਲੋ ਜੀ ਕੱਪੜੇ ਲਿਆ ਕੇ ਰੱਖ ਲਏ ਸੀਗੇ ਪੱਖਾ ਲੱਗਾ ਆ ਇਹੀ ਬੈਠੇ ਆ ਆਰਾਮ ਨਾਲ ਲੈਟ ਚੱਲ ਜਾਣੀ ਆ ਭਰਾਵਾ ਫੇਰ ਨਹੀਂ ਜਾਂ ਦੁੱਧ ਦੇ ਕਰ ਨਾ ਦੁੱਧ ਪਾਤਾ ਕੱਚੀ ਲੱਸੀ ਪਾਈਦੀ ਆ ਮੈਂ ਦੁੱਧ ਨਹੀਂ ਪਾਈਦਾ ਗਰਮੀਆਂ 'ਚ ਆਪਾਂ ਤਾਂ ਕੱਚੀ ਪਾਈਦੀ ਆ ਬਾਹਰ ਡੋਲੂ ਉੱਥੇ 7:45 ਹੋ ਗਏ ਹੁਣ ਮੈਂ ਤੇ ਮੰਮੀ ਚੱਲੇ ਹਾਂ ਮੱਥਾ ਟੇਕਣ ਮੈਂ ਮੱਥਾ ਟੇਕਣ ਚੱਲੀ ਜਾਣਾ ਮੈਂ ਕਿਹਾ ਚੱਲ ਜਾ ਲੈਂਦੇ ਹਾਂ ਗੱਡੀ ਵੀ ਨਹੀਂ ਗੱਲ ਆ ਅੱਗੇ ਸਾਡੇ ਘਰ ਦਾ ਗੇਟ ਇੱਥੇ ਹੁੰਦਾ ਸੀਗਾ ਇੱਕ ਇੱਥੇ ਕੋਈ ਹੁੰਦਾ ਸੀ ਛੋਟਾ ਜਿਹਾ ਮੁੜ ਕੇ ਫਿਰ ਆਈ ਟ੍ਰਾਂਸਫੋਰਮੇਸ਼ਨ ਹੋ ਗਈ ਇਹਦੀ ਮੰਮੀ ਆਹਦਾ ਵੀ ਕੁਛ ਕਰਵਾਓ ਯਾਰ ਕਹਿ ਕੇ ਹੈ ਮੈਂ ਕਹਿ ਜਾ ਨਹੀਂ ਤਾਂ ਹੁਣ ਆਪਣੇ ਬਲੌਗ 'ਚ ਇਹਦਾ ਕੁਛ ਕਰੋ ਬਈ ਆਹ ਦੱਸੋ ਬਿਮਾਰੀਆਂ ਦਾ ਘਰ ਹੈ ਕੋਲੇ ਖੱਖਰਖਾਨਾ ਬੱਲੇ ਕਿੱਦਾਂ ਹਾਲ ਹੋਏ ਤੂੰ ਤਾਂ ਸਾਡੇ ਵੀ ਹੈਗੀ ਇੱਦਾਂ ਦੀ ਮੈਂ ਚੱਲੀ ਕੌਣ ਹੈ ਮੱਥਾ ਟੇਕਣ ਚੱਲੀ ਰਹਿੰਦੇ ਜਦੋਂ ਅਸੀਂ ਛੋਟੀਆਂ ਛੋਟੀਆਂ ਸੀਗੀਆਂ ਨਾ ਮੈਂ ਮੇਰੀਆਂ ਸਹੇਲੀਆਂ ਅਸੀਂ ਇੱਥੇ ਲੜ ਲੜ ਕੇ ਵੀ ਆਉਣਾ ਘਰੇ ਡੈਡੀ ਹੋਣਾ ਤੂੰ ਕੁੱਟ ਖਾ ਖਾ ਕੇ ਵੀ ਆਉਣਾ ਇੱਥੇ ਵਾਹਿਗੁਰੂ ਸੱਚੀ ਪਾਤਸ਼ਾਹ ਜੀ ਅਤੇ ਇਹ ਵੀ ਸਾਡੇ ਪਿੰਡ ਮਤਲਬ ਪੀਰਾਂ ਦੀ ਜਗ੍ਹਾ ਆ ਹੁਣ ਤਾਂ ਕਾਫੀ ਮਤਲਬ ਵਧੀਆ ਬਣਾ ਤਾ ਪਹਿਲਾਂ ਸਿਰਫ ਇੰਨੇ ਇੰਨਾ ਪੁਰਸ਼ ਹੁੰਦਾ ਸੀ ਸਾਰਾ ਹੀ ਖੁੱਲ੍ਹਾ ਹੁੰਦਾ ਸੀਗਾ ਅਤੇ ਇੱਥੇ ਨਕਲਾਂ ਵੀ ਹੁੰਦੀਆਂ ਸੀ ਹੁਣ ਵੀ ਹੁੰਦੀਆਂ ਆ ਪਰ ਛੋਟੀਆਂ ਛੋਟੀਆਂ ਹੁੰਦੀਆਂ ਸੀ ਉਦੋਂ ਦੇਖਦੀਆਂ ਹੁੰਦੀਆਂ ਸੀਗੀਆਂ ਬਚਪਨ ਯਾਦ ਆ ਜਾਂਦਾ ਸਾਰੇ ਹੀ ਮੰਮੀ ਮੈਨੂੰ ਸਾਰੀਆਂ ਫੈਸਿਲਿਟੀਆਂ ਦਿਖਾਉਣ ਲੱਗੀ ਵਾ ਠੰਡਾ ਪਾਣੀ ਤਾਂ ਨਹੀਂ ਪੀਣਾ ਕਹਿੰਦੇ ਨਹੀਂ ਤਾਂ ਮੈਂ ਉੱਥੇ ਸਿੱਧੀ ਚੱਲਣਾ ਸੀ ਠੰਡਾ ਪਾਣੀ ਤਾਂ ਨਹੀਂ ਪੀਣਾ ਕਹਿੰਦੇ ਆਹ ਠੰਡਾ ਪਾਣੀ ਵਾਲਾ ਕੂਲਰ ਵੀ ਲੱਗਾ ਇੱਥੇ ਕਿੱਧਰੋਂ ਨਿਕਲਦਾ ਪਾਣੀ ਇੱਥੋਂ ਹੀ ਅੱਛਾ ਅੱਛਾ ਵਿੱਚੋਂ ਵਿੱਚ ਕੀਤਾ ਆ ਕੰਮ ਸਾਰਾ ਸਹੀ ਆ ਅੱਗੇ ਸਾਰਾ ਹੀ ਖੁੱਲ੍ਹਾ ਹੁੰਦਾ ਸੀ ਪੀ ਲੈਂਦੇ ਹਾਂ ਅਤੇ ਉਹ ਠੰਡਾ ਪਿਆ ਚਲੋ ਜੀ ਆਹ ਮੇਰੀ ਫਰੈਂਡ ਦਾ ਘਰ ਆ ਹਾਂ ਮੰਮੀ ਮੈਂ ਕਿਹਾ ਮੇਰੀ ਫਰੈਂਡ ਦਾ ਘਰ ਆ ਆਹ ਮੇਰੀ ਫਰੈਂਡ ਦਾ ਘਰ ਆ ਇਹ ਬੀਬੀ ਆ ਇੱਕ ਸਿਆਣੀ ਜੀ ਆ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਅਸੀਂ ਬੜਾ ਛੇੜਦੇ ਹੁੰਦੇ ਸੀਗੇ ਮੈਂ ਮੇਰੀਆਂ ਸਹੇਲੀਆਂ ਅਸੀਂ ਨਾ ਇੱਕ ਗੱਲਾਂ ਪੱਟਣੀਆਂ ਜਿੱਦਾਂ ਸਿਆਣੇ ਬੰਦੇ ਦੀਆਂ ਹੋ ਜਾਂਦੀਆਂ ਨਾ ਬਹੁਤ ਸੋਫਟ ਸੋਫਟ ਜਿਹੀਆਂ ਗੱਲਾਂ ਆਪਾਂ ਮੰਨ ਲਓ ਅਤੇ ਚਲੋ ਦੇਖਦੀ ਹਾਂ ਜੇ ਸੁਭਾਗਿਆ ਹੋਇਆ ਤਾਂ ਤੁਹਾਨੂੰ ਮਿਲਾ ਦਿੰਦੇ ਹਾਂ ਚਲੋ ਜੀ ਮੱਥਾ ਟੇਕ ਲਿਆ ਸਾਡੇ ਕੋਲੇ ਕੋਲ ਹੈ ਇੱਧਰ ਗੁਰਦੁਆਰਾ ਸਾਹਿਬ ਇੱਧਰ ਸਾਚਰਾਗ ਆਹ ਮੇਰੀ ਸਹੇਲੀ ਨਾਲ ਮਿਲਾ ਦਵਾਂ ਮੈਂ ਮੇਰੇ ਘਰਦਿਆਂ ਨੂੰ ਮਿਲਾ ਦਵਾਂ ਮੈਂ ਕਿਹਾ ਮੈਂ ਮੇਰੀ ਸਹੇਲੀ ਨਾਲ ਮੇਰੀ ਸਹੇਲੀ ਨਹੀਂ ਦਾਦੀਆਂ ਸਹੇਲੀਆਂ ਆਪਾਂ ਇਹ ਜ਼ਿਆਦਾ ਉੱਥੇ ਗਏ ਸੀ ਫਿਰ ਪਾਉਣਾ ਮੈਨੂੰ ਬਹੁਤ ਸੁਣਦਾ
ਹਾਏ ਦੀ ਇਹ ਮੋਣੀ ਨਹੀਂ ਕਹੇ ਕੰਧੇ ਹਾਲੋ ਰੋ ਮੱਥਾ ਉੱਠਣੇ ਗਿਆ ਹੱਸੀ ਜਾਂਦਾ ਇੱਦਾਂ ਹੀ ਆਵੇ ਨੱਜੇ ਆਈ ਦੇਖਦੇ ਰਹੂ ਮੈਂ ਹੁਣ ਹਫ਼ਤਾ ਦਸ ਦਿਨ ਇੱਥੇ ਆ ਜਾ ਕੇ ਗੱਪਾਂ ਮਾਰਿਆ ਕਰਾਂਗੇ ਸ਼ਾਮ ਨੂੰ ਤੂੰ ਹੀ ਦੱਸੀ ਵੀ ਜਾਂਦਾ ਆਈਆਂ ਤੂੰ ਮੈਨੂੰ ਚੇਤਾ ਕਿੰਨਾ ਕੀਤਾ ਇਹ ਦੱਸੋ ਕਿੰਨਾ ਬਹੁਤ ਦੱਸ ਤੂੰ ਕਹਿ ਠੀਕ ਠਾਕ ਚੰਗੀ ਚੱਲ ਆਈ ਫਿਰ ਗੱਲਾਂ ਬਾਤਾਂ ਮਾਰਾਂਗੇ ਠੀਕ ਹੈ ਆਹੋ ਗੱਲਾਂ ਪੱਟ ਲਵਾਂ ਹੁਣ ਬਹੁਤ ਟਾਈਮ ਨਹੀਂ ਹੁਣ ਬਹੁਤ ਟਾਈਮ ਹੋ ਗਿਆ ਇੱਕ ਵਾਰੀ ਇਹ ਦੁੱਧ ਗਾ ਇੱਕ ਵਾਰੀ ਨਹੀਂ ਨਹੀਂ ਕੁਛ ਨਹੀਂ ਖਾਣਾ ਪੀਣਾ ਰੋਟੀ ਖਾਣੀ ਹੁਣ ਨਹੀਂ ਮੈਂ 6 ਵਜੇ ਹੀ ਆਈ 6:30 ਖਾ ਕੇ ਪੜ੍ਹ ਕੇ ਫੇਰ ਬੁਟੀਕ ਤੋਂ ਹੋ ਕੇ ਫੇਰ ਘਰੇ ਜਾ ਕੇ ਖਾ ਕੇ ਫੇਰ ਆਈ ਹਾਂ ਲੇਟੇ ਆਈ ਮੈਂ ਲੈ ਮੈਂ ਏਦਾਂ ਕਰ ਲੈਂਦੀ ਮੈਨੂੰ ਭੁੱਖ ਲੱਗੀ ਚਲੋ ਗੱਲਾਂ ਹੱਥ ਮਾਰ ਕੇ ਚੱਲਦੀ ਖਾਣੀ ਮੈਂ ਚੀਜ਼ੀਆਂ ਲੈ ਕੇ ਜਾਂਦੀ ਹੁੰਦੀ ਸੀ ਪਿੰਡ ਟੂਰ ਕਰਾ ਦੇਣਾ ਅੱਜ ਮੈਂ ਸਾਰੇ ਚਲੋ ਜੀ ਹੁਣ ਮੈਂ ਤੇ ਮੰਮੀ ਸਾਰੇ ਘੁੰਮਦੇ ਆਏ ਹਾਂ ਗੁਰਦੁਆਰੇ ਤੋਂ ਲੈ ਕੇ ਸ਼ਾਹ ਚੌਂਕ ਤੋਂ ਲੈ ਕੇ ਆਹ ਘਰ ਤੱਕ ਅਤੇ ਇੱਥੇ ਮੇਰੀ ਫਰੈਂਡ ਹੈ ਉਦੋਂ ਵੀ ਹੁਣੇ ਵਿਆਹ ਹੋਇਆ ਥੋੜ੍ਹਾ ਟਾਈਮ ਪਹਿਲਾਂ ਕੁਦਰਤੀ ਉਹ ਵੀ ਆਈ ਹੋ ਸੀ ਅਤੇ ਮੈਂ ਹੁਣ ਉਹਨਾਂ ਦੇ ਵੀ ਜਾਏ ਜਿਹੜੇ ਰਹਿ ਗਏ ਆਪਾਂ ਹੁਣ ਉਹਨਾਂ ਦੇ ਕੱਲ੍ਹ ਹੀ ਜਾ ਆਵਾਂਗੇ ਠੀਕ ਹੈ ਅਤੇ ਬਾਕੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਅੱਜ ਅੱਜ ਥੋੜ੍ਹਾ ਜ਼ਿਆਦਾ ਦੁਆ ਲੱਗਦਾ ਪਿਆ ਜਿੱਦਾਂ ਪਤਾ ਨਹੀਂ ਐਕਸਪਲੇਨ ਨਹੀਂ ਕਰ ਉਹਨਾਂ ਅਤੇ ਬਾਕੀ ਹੁਣ ਪਵਨੇ ਵੱਲ ਵੀ ਮੋਰਨਿੰਗ ਹੋ ਗਈ ਆ ਅਤੇ ਅੱਜ ਪਵਨੇ ਨੇ ਸ਼ਿਫਟ ਕਰਨਾ ਆ ਅਤੇ ਉਸ ਤੋਂ ਬਾਅਦ 'ਚ ਫਿਰ ਦੇਖਦੇ ਤੁਹਾਨੂੰ ਅੱਗੇ ਅੱਗੇ ਪਤਾ ਲੱਗੀ ਜਾਣਾ ਵਲੌਗਸ ਦੇ ਵਿੱਚ ਅਤੇ ਅੱਜ ਮੇਰੀ ਭਾਬੀ ਨੇ ਬਣਾਇਆ ਮਟਰ ਪਨੀਰ ਮੇਰੇ ਆਉਣ ਦੀ ਖੁਸ਼ੀ 'ਚ ਅਤੇ ਬਸ ਫਿਰ ਰੋਟੀ ਪਾਣੀ ਖਾਂਦੇ ਹਾਂ ਥੋੜ੍ਹਾ ਟਾਈਮ ਰੁਕ ਕੇ ਫਿਰ ਦੇਖਦੇ ਜਿੰਨਾ ਕੁ ਵਲੌਗ ਹੋ ਗਿਆ ਹੋਇਆ ਕੰਪਲੀਟ ਇਹੀ ਪਾਵਾਂਗੇ ਮੇਰੀ ਭਾਬੀ ਨੇ ਮਟਰ ਪਨੀਰ ਬਣਾਇਆ ਕਿ ਗੱਲਾਂ ਗੱਲਾਂ 'ਚ ਹੀ ਸੀ ਨਹੀਂ ਰੱਖਿਆ ਆ ਪਨੀਰ ਕਿੱਥੇ ਆ ਉਹਦੇ ਵਿੱਚ ਕਹਦੇ ਜੋ ਮੈਂ ਹੁਣੇ ਦਿਮਾਗ 'ਚ ਆਇਆ ਮੈਂ ਕਿਹਾ ਮੈਂ ਇਹਨਾਂ ਨੂੰ ਮਨਾ ਕਰਦਾ ਸੀ ਮੈਂ ਪਨੀਰ ਨਹੀਂ ਖਾਂਦੀ ਫਿਰ ਇਕੱਲੇ ਮਟਰ ਖਲੋਣੇ ਮੈਨੂੰ ਹੈ ਨਾ ਬਹੁਤ ਖਰਾਬ ਆ ਪਵਨੇ ਦੇਖਲਾ ਇਹ ਬਹੁਤ ਖਰਾਬ ਆ ਦੇਖਲਾ ਵੀਰ ਜੀ ਉਹਨੇ ਤਾਂ ਅਸੀਂ ਪਨੀਰ ਪਾ ਦੇਣਾ ਸੀਗਾ ਦੇਖਲਾ ਮੇਰੀ ਤਾਂ ਕੋਈ ਇੱਜ਼ਤ ਹੀ ਹੈ ਨਹੀਂ ਇੱਥੇ ਓਹੋ ਚਲੋ ਬਾਕੀ ਸਹੀ ਆ ਥੋੜ੍ਹਾ ਟਾਈਮ ਰੁਕ ਕੇ ਫਿਰ ਵਲੌਗ ਕੰਟੀਨਿਊ ਕਰਦੇ ਹਾਂ ਆਹ ਦੇਖੋ ਇੱਧਰ ਪੰਚਾਇਤ ਲੱਗੀ ਆ ਸਾਰੀ ਆਹ ਦੇਖੋ ਦਾ ਆਹ ਬੇਲਾ ਪੈਰ ਮਾਰਦਾ ਮੇਰੇ ਕਾਜ ਕਰੋ ਇੱਧਰ ਵੀ ਸਾਈਕਲ ਚਲਾਉਂਦਾ ਡੈਡੀ ਆਪਣੇ ਨਾਲ ਰੋਟੀ ਖਾਣੀ ਅੱਗੇ ਮੈਂ ਡੈਡੀ ਨਾਲ ਰੋਟੀ ਖਾਂਦੀ ਹੁੰਦੀ ਸੀਗੀ ਤੂੰ ਚੁੱਪ ਕਰ ਜਾ ਤੇਰੇ ਚਪੇੜਾ ਬਹੁਤ ਪੈਣੀਆਂ ਡੈਡੀ ਉਹ ਫੋਨ ਤੇ ਲੱਗਿਆ ਪਾਣੀ ਅਗਰ ਫੜ ਮੇਰੇ ਡੈਡੀ ਦੀ ਰੋਟੀ
ਮੇਰਾ ਭਰਾ ਮੇਰੀ ਸੇਵਾ ਕਿੰਨੀ ਕਰਦਾ ਪਵਨ ਨੇ ਦੇਖ ਓਏ ਡਿਊਟੀ ਪੂਰੀ ਨਿਭਾ ਰਿਹਾ ਆ 2024 ਦਾ ਕੋਈ ਵੀ ਤਰੀਕ ਹਾਂ ਤਾਂ ਬਿੰਗੀ ਹੋਈ ਉਹ ਬੋਤਲ ਇਹ ਡਿੱਗ ਗਈ ਸੀ ਮੇਰੇ ਤੇ ਆਪ ਦੇ ਤੇ ਫੇ ਫ੍ਰਿਜ ਚ ਲਾ ਦੇ ਸਾਨੂੰ ਕੁਰਕੁਰੇ ਰੱਖਦੇ ਆਪਾਂ ਬਾਅਦ ਚ ਖਾਣੇ ਮੈਂ ਡੈਡੀ ਨੂੰ ਰੋਟੀ ਖਾ ਲਈ ਮੋਟੀ ਹੈ ਰੋਟੀ ਖਾ ਲਾ ਤੁਸੀਂ ਖਾ ਲੈਣੇ ਚਲੋ ਇਹ ਹੱਥ ਭੇਜ ਜਾਣੀਆਂ ਮੇਰੀ ਗੱਡੀ ਭੇਜ ਜਾਣੀ ਬਾਹਰ ਚੱਲ ਕੋਈ ਨਹੀਂ ਤੇ ਪਾਣੀ ਮਾਰੂੰਗੀ ਸਵੇਰ ਨੂੰ ਪਵਨ ਪਵਨ ਚਲਾਤੀ ਸਾਰੇ ਪਾਸੇ ਪਵਨ ਨੇ ਗੱਲਾਂ ਕਰਨੀਆਂ ਚੁਗਲੀਆਂ ਕਰਨੀਆਂ ਚਾਚੀ ਹੈ ਚਾਚੀ ਚੁਗਲੀਆਂ ਕਰਨੀਆਂ ਕੁਰਕੁਰੇ ਖਾਣੇ ਆ ਮਾਵਾਂ ਧੀਆਂ ਨੇ ਇੱਥੇ ਆਹ ਦੇਖੋ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਨੰਗ ਜੀ ਨੇ ਦੇਖੋ ਆਹ ਗਲੀ ਦੇ ਵਿੱਚ ਐਨ ਹੀ ਨਾਲ ਹੀ ਹੋ ਗਿਆ ਸਾਰਾ ਇਹ ਹੁਣ ਸਾਡੇ ਪਿੰਡ ਦਾ ਸਰਪੰਚ ਦੇਖ ਲਵੇ ਬਲੌਗ ਠੀਕ ਨੀ ਇਹਨੂੰ ਕਲੀਅਰ ਕਰਨਾ ਚਾਹੀਦਾ ਆ ਸਰਪੰਚ ਸਾਹਿਬ ਇਹਨੂੰ ਸਾਰਾ ਕੁਛ ਸਹੀ ਕਰਾਓ ਇਹ ਸੇਫ ਨਹੀਂ ਹੈਗਾ ਖਲਾਰਾ ਆ ਬਹੁਤ